ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ। ਵੱਡੀ ਖਬਰ ਫਗਵਾੜਾ ਦੇ ਅਮਰਨਗਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਬਲਜੀਤ ਸਿੰਘ 27 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਲਜੀਤ ਸਿੰਘ ਨਾਈਟ੍ਰੋਜਨ ਗੈਸ ਜਿਹੜਾ ਉਹ ਰਿਫਲ ਕਰ ਰਿਹਾ ਸੀ, ਇਸ ਦੌਰਾਨ ਇੱਕ ਹਾਦਸਾ ਵਾਪਰ ਗਿਆ ਜਿਸ ਵਿੱਚ ਕਿ ਬਲਜੀਤ ਸਿੰਘ ਦੇ ਚੀਥੜੇ ਉੜ ਗਏ। ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਫਾਸਟ ਏਡ ਨਾਂ ਦੀ ਇਹ ਕੰਪਨੀ ਦੱਸੀ ਜਾ ਰਹੀ ਹੈ ਅਤੇ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਕੁਝ ਵੀ ਬੋਲਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ। ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਨਾਈਟ੍ਰੋਜਨ ਗੈਸ ਉਹ ਹੁੰਦੀ ਜਿਹੜੀ ਅੱਗ ਬੁਝਾਉਣ ਦੇ ਕੰਮ ਆਉਂਦੀ ਆਉਂਦੀ ਹੈ, ਅਤੇ ਇਹ ਨੌਜਵਾਨ ਜਿਹੜਾ ਵੱਡਾ ਸਿਲੰਡਰ ਜਿਹੜਾ ਅੱਗ ਬੁਝਾਉਣ ਵਾਲਾ ਉਹਦੇ ਵਿੱਚੋਂ ਛੋਟੇ ਗੈਸ ਸਿਲੰਡਰ ਦੇ ਵਿੱਚ ਗੈਸ ਭਰ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਹੋ ਗਿਆ ਅਤੇ ਮਾਂ ਬਾਪ ਦਾ ਇਕਲੌਤਾ ਸੋਹਣਾ ਸੁਨੱਖਾ ਘਿਓ ਮੱਖਣਾ ਨਾਲ ਪਾਲਿਆ ਪੁੱਤ ਬਲਜੀਤ ਸਿੰਘ 27 ਸਾਲ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਤੁਸੀਂ ਵੀ ਦੇਖੋ ਪੰਜਾਬੀ ਸਟੇਸ਼ਨ ਦੀ ਇਹ ਖਾਸ ਰਿਪੋਰਟ, ਅਤੇ ਧਿਆਨ ਰੱਖੋ ਕਿ ਜਿਹੜੇ ਮਾਲਕ ਉਹਨਾਂ ਨੇ ਤਾਂ ਸਾਨੂੰ ਕਹਿਣਾ ਹੀ ਕਹਿਣਾ, ਪਰ ਜੇ ਕਿਤੇ ਤੁਹਾਡੀ ਜਾਨ ਨੂੰ ਖਤਰਾ ਹੈ ਤਾਂ ਪੂਰੇ ਇਹਤਿਆਤ ਦੇ ਨਾਲ ਇੱਦਾਂ ਦੇ ਕੰਮ ਕਰੋ ਤਾਂ ਕਿ ਤੁਹਾਡੀ ਜਾਨ ਜਿਹੜੀ ਆ ਉਹ ਬਚ ਸਕੇ। ਤੁਸੀਂ ਕਿਸੇ ਲਈ ਹੋ ਚਾਹੇ ਨਾ ਹੋ, ਪਰ ਮਾਂ ਬਾਪ ਲਈ ਤੁਸੀਂ ਬੜੇ ਕੀਮਤੇ ਹੋ। ਦੇਖੋ ਤੁਸੀਂ ਪੰਜਾਬੀ ਸਟੇਸ਼ਨ ਦੀ ਇਹ ਵਿਸ਼ੇਸ਼ ਰਿਪੋਰਟ। ਸਰ ਤੁਸੀਂ ਇਹ ਫੈਕਟਰੀ ਦੇ ਵਿੱਚ ਕੰਮ ਕਰਦੇ, ਕਿਹਦੇ ਨਾਮ 'ਤੇ ਫੈਕਟਰੀ ਚੱਲਦੀ ਇਹ? ਸਰਦਾਰ ਜੀ ਕੀ ਨਾਮ ਤੁਹਾਡਾ? ਨਾਮ ਕੀ ਤੁਹਾਡਾ? ਕਿਹਦੇ ਨਾਮ ਤੋਂ? ਕੁਛ ਨਹੀਂ ਦੱਸ ਸਕਦਾ ਜੀ। ਇੰਨਾ ਇੰਨਾ ਕੁ ਸਾਹਮਣੇ ਆਇਆ ਵੀ ਇਹ ਲੀਗਲ ਕਾਨ ਲੀਗਲ ਚੱਲਦੀ ਪਈ ਸੀ? ਇਹ ਜੀ ਮੈਂ ਨਹੀਂ ਇਹਦੇ ਬਾਰੇ ਕੁਛ ਕਹਿ ਸਕਦਾ। ਇੱਕ ਵਿਅਕਤੀ ਦੀ ਮੌਤ ਹੋਈ ਆ, ਤੁਸੀਂ ਮੌਕੇ ਤੇ ਆ? ਮੌਤ ਹੋਈ ਜੀ, ਉਹ ਉਹਨਾਂ ਨੂੰ ਲੈ ਕੇ ਗਏ ਆ ਹਜੇ। ਨਹੀਂ, SHO ਸਾਹਿਬ ਦੱਸਦੇ ਕਹਿੰਦੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਸ਼ਾਇਦ। ਹਜੇ ਉਹਨਾਂ ਨੇ ਕੋਈ ਘੋਸ਼ਿਤ ਨਹੀਂ ਕੀਤਾ ਇਹਦਾ। ਨਹੀਂ, SHO ਸਾਹਿਬ ਦੱਸਦੇ ਪਏ ਆ ਇੰਨਾ ਖੂਨੋ ਖੂਨ ਹੋਇਆ, ਸਿਲੰਡਰ ਫਟਿਆ, ਮਤਲਬ ਲੀਗਲ ਸੀ ਅਨਲੀਗਲ ਸੀ, ਇਹਦੇ ਬਾਰੇ ਤੁਸੀਂ ਜਾਣਕਾਰੀ ਦੇ ਸਕਦੇ ਹੋ ਕੁਛ? ਨਹੀਂ ਨਹੀਂ, ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ। ਕਿਹਦੇ ਨਾਮ 'ਤੇ ਸੀ ਫੈਕਟਰੀ? ਕੀ ਨਾਮ ਸੀ ਮਾਲਕ ਦਾ? ਕੀ ਹੈ ਮਾਲਕ ਨਾਲ ਦਾ? ਤੁਸੀਂ ਸਰ ਕੰਮ ਕਿੰਨੇ ਸਾਲ ਤੋਂ ਕੰਮ ਕਰਦੇ ਆ? ਮੈਨੂੰ 2 ਸਾਲ ਹੋ ਗਏ। 2 ਸਾਲ ਤੋਂ ਤੁਹਾਨੂੰ ਇਹ ਨਹੀਂ ਪਤਾ ਵੀ ਮਾਲਕ ਹੋਣ ਇੱਥੇ? ਮਾਲਕ ਆ ਇਹ ਤਾਂ ਭਾਜੀ ਨਹੀਂ ਹੈ, ਇੱਧਰ ਪੁੱਛ ਲਓ ਇਹਨਾਂ ਨੂੰ। ਤੁਸੀਂ ਤੁਹਾਡੇ ਤੁਸੀਂ ਅੰਡਰ ਤੁਸੀਂ ਕੰਮ ਕਰਦੇ ਕਿਸੇ ਅੰਡਰ ਕੰਮ ਕਰਦੇ ਆ? ਕੌਣ ਸੀ ਲੋਕ ਉਹ? ਕੌਣ ਵਿਅਕਤੀ ਸੀ? ਇੰਨਾ ਸਾਹਮਣੇ ਆਇਆ ਕੋਈ ਲੀਗਲ ਕੰਮ ਲੀਗਲ ਸੀ, ਇਹ ਤਾਂ ਕੋਈ ਤੁਹਾਨੂੰ ਪਤਾ ਹੋਏਗਾ? ਲੀਗਲੀ ਆ ਕੰਮ ਤਾਂ, ਲੀਗਲ ਅਨਲੀਗਲ ਨਹੀਂ ਹੈਗਾ, ਲੀਗਲੀ ਆ। ਵੱਡੇ ਸਿਲੰਡਰ ਤੋਂ ਵੱਡੇ ਸਿਲੰਡਰ ਭਰਨ ਦਾ ਇਹ ਕਾਰਨ ਪਤਾ ਨਹੀਂ ਕੀ ਆ। ਤੁਸੀਂ ਦੇਖੋ ਇਹ ਭਰ ਸਕਦੇ, ਇਹ ਭਰ ਸਕਦੇ ਜਾਂ ਨਹੀਂ ਭਰ ਸਕਦੇ ਸੀ? ਵੱਡੇ ਸਿਲੰਡਰ ਤੋਂ ਛੋਟਾ ਸਿਲੰਡਰ ਭਰ ਸਕਦੇ? ਇਹ ਭਰ ਸਕਦੇ ਆ, ਇਹ ਇੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ, ਇਦਾਂ ਦਾ ਕੋਈ ਹੋਇਆ? ਕਿੰਨੇ ਸਾਲ ਹੋ ਗਏ ਜੀ? ਇਹ ਪਤਾ ਨਹੀਂ ਪਰਮਾਤਮਾ ਦੀ ਕਿੰਨੇ ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ? ਇਹ ਇਹਨਾਂ ਨੂੰ ਤਾਂ ਕੰਮ ਕਰਦਿਆਂ ਨੂੰ ਕਾਫੀ ਟਾਈਮ ਹੋ ਗਿਆ ਜੀ। ਹਾਂਜੀ, ਕਿਸੇ ਨਾਮ 'ਤੇ ਫੈਕਟਰੀ ਹੈ ਇਹ? ਫੈਕਟਰੀ ਲਾਈ ਸੀ ਜੋ ਨਾਈਟ੍ਰੋਜਨ ਅੱਗ ਬੁਝਾਊ ਯੰਤਰ ਹੁੰਦੇ ਨੇ, ਉਹ ਵੱਡੇ ਸਿਲੰਡਰ 'ਚੋਂ ਛੋਟੇ 'ਚ ਭਰ ਰਿਹਾ ਸੀ। ਜੇ ਬਲਜੀਤ ਸਿੰਘ ਹੈ ਉਹਦਾ ਹਜੇ ਪਤਾ ਲੱਗਿਆ ਸ਼ਾਇਦ ਉਹਦੀ ਡੈਥ ਹੋ ਗਈ, 27 ਸਾਲ ਉਮਰ ਸੀ ਉਹ, ਕੋਥੜਾ ਦਾ ਰਹਿਣ ਵਾਲਾ ਸੀ। ਅਤੇ ਮਾਲਕ ਇਹਨਾਂ ਦਾ ਇੱਥੋਂ ਪਤਾ ਲੱਗਿਆ ਵੀ ਸਾਹਿਲ ਕੋੜਾ ਕੋਈ ਜਿਹੜਾ ਵਰਕਰ ਹੈ ਇੱਥੇ, ਕੁਲਦੀਪ ਸਿੰਘ, ਉਹ ਤੋਂ ਪਤਾ ਲੱਗਿਆ। ਬਾਕੀ ਦੇਖਦੇ ਹਾਂ ਇਹਦੀ ਕਾਰਵਾਈ ਜਿਹੜੀ ਬਣਦੀ ਆ ਉਹ 'ਚ ਲਿਆਵਾਂਗੇ। ਕਿੰਨੇ ਕੁ ਲੋਕ ਇਸ ਫੈਕਟਰੀ ਦੇ ਵਿੱਚ ਕੰਮ ਕਰਦੇ ਆ ਜੀ? ਹਜੇ ਕੁਛ ਨਹੀਂ ਪਤਾ ਕਿਉਂਕਿ ਇੱਥੇ ਵਰਕਰ ਇੱਕੋ ਹੀ ਹੈ ਜੀ, ਉਹ ਤੋਂ ਪੁੱਛਗਿੱਛ ਕਰ ਰਹੇ ਹਾਂ, ਕਿਉਂਕਿ ਮੌਕੇ 'ਤੇ ਬਲਜੀਤ ਸਿੰਘ ਸੀ ਜਿਹਦੀ ਸੱਟ ਲੱਗੀ, ਜਿਹਦੀ ਡੈਥ ਹੋਈ ਹੈ। ਕੀ ਲੱਗਦਾ ਤੁਹਾਨੂੰ, ਮੌਕਾ ਦੇ ਕੇ ਲੱਗਦਾ ਉਹਦੀ ਡੈਥ ਹੋਣ ਦਾ ਕਾਰਨ ਕੀ ਲੱਗਦਾ? ਇਹ ਦੇਖਦੇ ਹਾਂ, ਬਾਕੀ ਇਨਵੈਸਟੀਗੇਟ ਕਰ ਰਹੇ, ਕੈਮਰੇ ਵੀ ਲੱਗੇ ਇੱਥੇ, ਕੈਮਰੇ ਤੋਂ ਪਤਾ ਲੱਗ ਜੂਗਾ ਕਿੱਦਾਂ ਮਤਲਬ ਕਿ ਓਵਰ ਹੋ ਗਿਆ ਇਹ ਅਤੇ ਫਟ ਗਿਆ ਸਿਲੰਡਰ, ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ। SHO ਸਾਹਿਬ, ਇੱਕ ਸਿਲੰਡਰ ਛੋਟਾ ਫਟਿਆ ਪਿਆ ਆ ਲੱਗਦਾ, ਜਿਹੜਾ ਅੱਗ ਬੁਝਾਊ ਯੰਤਰ ਹੈ, ਕੀ ਲੱਗਦਾ ਵੀ ਉਹਦੇ ਨਾਲ ਹੋ ਸਕਦਾ? ਹਾਂ ਬਿਲਕੁਲ ਜੀ ਬਿਲਕੁਲ, ਇਹ ਇੱਥੋਂ ਅੱਗ ਬੁਝਾਊ ਯੰਤਰ ਓਵਰ ਹੋ ਗਿਆ, ਉਹ ਤੋਂ
ਵੱਡੇ ਤੋਂ ਛੋਟੇ 'ਚ ਭਰਦਾ ਸੀ, ਉਹਦੇ ਫਟਣ ਨਾਲ ਹੀ ਹੋਇਆ ਹੈ। ਅੱਛਾ ਇਹ ਇਹ ਦੱਸੋ ਫੈਕਟਰੀ ਦਾ ਨਾਮ ਕੀ ਹੈ ਜਿਹੜੀ ਇਸ ਤਰ੍ਹਾਂ ਦੀ, ਕੁਛ ਸਮਝੇ ਕੁਛ ਨਹੀਂ ਪਤਾ ਕਿਉਂਕਿ ਇਹ ਮੁੰਡਾ ਆਇਆ ਇੱਥੇ, ਬੋਰਡ ਬੋਰਡ ਕੋਈ ਨਹੀਂ ਲੱਗਾ, ਬਾਕੀ ਇਨਵੈਸਟੀਗੇਟ ਕਰਦੇ। ਲੀਗਲ ਕਨ ਲੀਗਲ ਆ, ਉਹੀ ਉਹੀ ਆਪਾਂ ਪਤਾ ਕਰਾਂਗੇ, ਇਨਵੈਸਟੀਗੇਟ ਦਾ ਪਾਰਟ ਆ, ਜਦੋਂ ਪਤਾ ਲੱਗ ਜੂ ਫਿਰ ਦੇਖਾਂਗੇ ਕਰ ਦੇਈਏ। ਤੇ ਕਿਹੜੀ ਜਗ੍ਹਾ ਦੇ ਉੱਪਰ ਇਹ ਅਮਰ ਪੈਲਸ ਹੈ ਜੀ, ਇਹ ਕਿੰਨੇ ਕੁ ਸਿਲੰਡਰ ਮੌਕੇ ਤੇ ਪਏ ਆ, ਸਿਲੰਡਰ ਪਏ ਵੀ ਹੋਏ ਆ, 5-6 ਸਿਲੰਡਰ ਪਏ ਨੇ ਜੀ ਇੱਥੇ ਮੌਕੇ ਤੇ, 2 ਸਿਲੰਡਰ ਵੱਡੇ ਪਏ ਨੇ ਤੇ ਸਕੂਟਰ ਮੋਟਰਸਾਈਕਲ ਖੜੇ ਨੇ। ਜਿਹੜੇ ਮੌਕੇ ਤੇ ਵੱਡੇ ਸਿਲੰਡਰ ਪਏ ਹੋ, ਉਹਨਾਂ ਤੋਂ ਮੀਟਰ ਵਗੈਰਾ ਕੋਈ ਸਾਹਮਣੇ ਇਦਾਂ ਦੀ ਕੋਈ ਗੱਲ ਆਈ ਹੋਵੇ ਮੀਟਰ ਦੀ, ਚੈੱਕ ਕਰਦੇ ਆ ਜੇ ਆਏ ਆ ਅਸੀਂ ਹੁਣੇ, ਚੈਕਿੰਗ ਤੋਂ ਬਾਅਦ ਪਤਾ ਲੱਗਣਾ ਸਾਰਾ ਕੁਝ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ। ਅਜੇ ਦੇਖਦੇ ਹਾਂ ਜਿਹੜਾ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ, ਕਿਹੜੇ ਮਹਿਕਮੇ ਨਾਲ ਕਿਵੇਂ ਸੰਪਰਕ ਕਰਕੇ ਫਿਰ ਉਹ ਦੇਖਾਂਗੇ। ਤੇ ਇਹ ਕੁਛ ਸਾਹਮਣੇ ਆਇਆ ਨਹੀਂ ਹੈ ਵੀ ਇਹ ਮਨਜ਼ੂਰੀ ਹੈ ਇਹਨਾਂ ਕੋਲ, ਨਹੀਂ ਹੈ ਸੀ, ਅਜੇ ਕੁਛ ਸਾਹਮਣੇ ਨਹੀਂ ਆਇਆ। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ, ਚਾਹਵਾਨ ਸੰਪਰਕ ਕਰੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 'ਤੇ ਸੰਪਰਕ ਕਰੋ। ਧੰਨਵਾਦ।